ਚੰਡੀਗੜ੍ਹ ਦੀ ਅਦਾਲਤ ਤੇ ਸੈਕਟਰ 43 ਨੂੰ ਉਡਾਉਣ ਦੀ ਧਮਕੀ ਕਿਉਂਕਿ ਇੱਕ ਬੰਦੇ ਦੇ ਵੱਲੋਂ ਨਾ ਧਮਕੀ ਦਿੱਤੀ ਗਈ ਹੈ ਜੀ ਕਿ ਮੈਂ ਸੈਕਟਰ 43 ਨੂੰ ਜ਼ਿਲ੍ਹਾ ਅਦਾਲਤ ਨੂੰ ਸਭ ਕੁਝ ਨੂੰ ਉਡਾ ਦੇਣਾ, ਮੈਂ ਛੱਡਣਾ ਨਹੀਂ ਕਿਸੇ ਨੂੰ, ਬਖਸ਼ਣਾ ਨਹੀਂ ਮੈਂ ਕਿਸੇ ਨੂੰ। ਉਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨਾਂ ਨੇ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਅਸੀਂ ਤਾਂ ਬਹੁਤ ਵੱਡੀ ਸਖਤੀ ਵਰਤ ਰਹੇ ਹਾਂ। ਇਹ ਬੰਦੇ ਨੇ ਗੱਲ ਕਹੀ ਸੀ ਧਮਕੀ ਦੇ ਕੇ ਵੀ 1 ਵਜੇ ਤੱਕ ਮੈਂ ਸਾਰਾ ਕੁਝ ਉਡਾ ਦੇਣਾ। ਪੁਲਿਸ ਨੇ ਚੱਪੇ ਚੱਪੇ ਦੀ ਤਲਾਸ਼ੀ ਲਈ, ਪਰ ਇੱਥੋਂ ਕੁਝ ਵੀ ਬੰਬ ਵਾਲੀ ਕੋਈ ਚੀਜ਼ ਨਹੀਂ ਮਿਲੀ, ਧਮਾਕਾ ਖੇਜ ਕੋਈ ਸਮੱਗਰੀ ਨਹੀਂ ਮਿਲੀ, ਕੋਈ ਬਰੂਦ ਵਾਲੀ ਚੀਜ਼ ਨਹੀਂ ਮਿਲੀ। ਹਾਲ ਦੀ ਘੜੀ ਤਾਂ ਇਹ ਅਫਵਾਹ ਹੀ ਹੈਗੀ ਆ, ਤੇ ਇਹੋ ਜਿਹੀਆਂ ਅਫਵਾਹਾਂ ਲੋਕ ਪਤਾ ਨਹੀਂ ਕਿਉਂ ਫੈਲਾਉਂਦੇ ਆ। ਬਿਲਕੁਲ, ਤੇ ਨਾਲ ਦੀ ਨਾਲ ਟੈਣਾ ਸਾਹਿਬ, ਚੰਡੀਗੜ੍ਹ ਦੀ ਅਦਾਲਤ ਤੇ ਸੈਕਟਰ 43 ਨੂੰ ਉਡਾਉਣ ਦੀ ਧਮਕੀ ਹੋ ਕੀ ਰਿਹਾ ਟੈਣਾ ਸਾਹਿਬ? ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਵਿੱਚ ਆਉਂਦਾ, ਪਰ ਚੰਡੀਗੜ੍ਹ ਨੂੰ ਵੀ ਧਮਕੀ ਦੇ ਦਿੱਤੀ ਗਈ ਹੈ। ਕੀ ਅਪਡੇਟ ਟੈਣਾ ਸਾਹਿਬ, ਕੀ ਇਹ ਰਿਐਲਿਟੀ ਨਿਊਜ਼ ਹੈ ਕਿ ਇਹ ਵੀ ਫੇਕ ਨਿਊਜ਼ ਹੈ ਜੀ? ਫਿਰ ਬਿਲਕੁਲ ਜੀ, ਇਹ ਵੀ ਇੱਕ ਰਿਐਲਿਟੀ ਨਿਊਜ਼ ਆ। ਇਹ ਰਿਐਲਿਟੀ ਨਿਊਜ਼ ਦੇ ਉੱਤੇ ਮੈਂ ਹੈਰਾਨ ਹੋਇਆ ਜੀ ਕਿ ਇਹਦੇ ਵਿੱਚ ਕਿਉਂ ਇੱਧਰ ਵੀ ਧਮਕੀਆਂ ਮਿਲ ਰਹੀਆਂ। ਹਾਂਜੀ, ਕਿਉਂਕਿ ਇੱਕ ਬੰਦੇ ਦੇ ਵੱਲੋਂ ਨਾ ਧਮਕੀ ਦਿੱਤੀ ਗਈ ਹੈ ਜੀ ਕਿ ਮੈਂ ਸੈਕਟਰ 43 ਨੂੰ ਜ਼ਿਲ੍ਹਾ ਅਦਾਲਤ ਨੂੰ ਸਭ ਕੁਝ ਨੂੰ ਉਡਾ ਦੇਣਾ, ਮੈਂ ਛੱਡਣਾ ਨਹੀਂ ਕਿਸੇ ਨੂੰ, ਬਖਸ਼ਣਾ ਨਹੀਂ ਮੈਂ ਕਿਸੇ ਨੂੰ। ਅੱਛਾ ਜੀ। ਉਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਆ ਜਿਹੜੀ ਉਹਦੇ ਵੱਲੋਂ ਹੁਣ ਜਾ ਕੇ ਪਤਾ ਲੱਗਾ ਕਿ ਭਾਈ ਚੱਪੇ ਗਈ ਹੈ। ਉਹਨਾਂ ਨੇ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਅਸੀਂ ਤਾਂ ਬਹੁਤ ਵੱਡੀ ਸਖਤੀ ਵਰਤ ਰਹੇ ਹਾਂ। ਇਹ ਬੰਦੇ ਨੇ ਗੱਲ ਕਹੀ ਸੀ ਧਮਕੀ ਦੇ ਕੇ ਵੀ 1 ਵਜੇ ਤੱਕ ਮੈਂ ਸਾਰਾ ਕੁਝ ਉਡਾ ਦੇਣਾ। ਪੁਲਿਸ ਨੇ ਚੱਪੇ ਚੱਪੇ ਦੀ ਤਲਾਸ਼ੀ ਲਈ, ਪਰ ਇੱਥੋਂ ਕੁਝ ਵੀ ਬੰਬ ਵਾਲੀ ਕੋਈ ਚੀਜ਼ ਨਹੀਂ ਮਿਲੀ, ਧਮਾਕਾ ਖੇਜ ਕੋਈ ਸਮੱਗਰੀ ਨਹੀਂ ਮਿਲੀ, ਕੋਈ ਬਰੂਦ ਵਾਲੀ ਚੀਜ਼ ਨਹੀਂ ਮਿਲੀ। ਹਾਲ ਦੀ ਘੜੀ ਤਾਂ ਇਹ ਅਫਵਾਹ ਹੀ ਹੈਗੀ ਆ, ਤੇ ਇਹੋ ਜਿਹੀਆਂ ਅਫਵਾਹਾਂ ਲੋਕ ਪਤਾ ਨਹੀਂ ਕਿਉਂ ਫੈਲਾਉਂਦੇ ਆ।